ਹੈਲੋ ਜੀ, ਵੈਲਕਮ ਬੈਕ ਟੂ ਅਰ ਚੈਨਲ ਰਮਨ ਵਲੋਗਸ। ਅਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾ ਕੇ ਆਊਂਗਾ ਕਿ ਜਿਹੜੇ ਐਡਮਿੰਟਨ ਦੇ ਵਿੱਚ ਘਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਅਤੇ ਤੁਹਾਨੂੰ ਦਿਖਾਊਂਗਾ, ਮੈਂ ਹੁਣ ਸਾਈਕਲਿੰਗ ਕਰਨ ਜਾ ਰਿਹਾ, ਤੁਹਾਨੂੰ ਰਾਹ 'ਚ ਦਿਖਾਊਂਗਾ ਵੀ ਕਿੰਨੇ ਦਾ ਪ੍ਰਾਈਸ ਹੁੰਦਾ ਹੈ। ਅਤੇ ਪ੍ਰਾਈਸ ਵੀ ਲਿਖੇ ਹੁੰਦੇ ਆ ਘਰਾਂ ਦੇ, ਅਤੇ ਤੁਹਾਨੂੰ ਫਰੰਟ ਅਟੈਚ, ਰੀਅਰ ਅਟੈਚ ਸਾਰੇ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਉਣਾ ਵੀ ਕਿਹੜੇ ਕਿਹੜੇ ਹੁੰਦੇ ਆ, ਅਤੇ ਘਰਾਂ ਦਾ ਜਿਹੜਾ ਹੁੰਦਾ ਵਾ ਸਟਾਈਲ ਅਤੇ ਉਹ ਕਿੱਦਾਂ ਦਾ ਹੁੰਦਾ ਆ, ਤੁਹਾਨੂੰ ਮੈਂ ਸਾਰਾ ਦਿਖਾ ਕੇ ਲੈ ਕੇ ਆਊਂਗਾ। ਚਲੋ ਫਿਰ ਲੈਟਸ ਗੋ। ਸੋ ਜਿਹੜੇ ਘਰ ਹੁੰਦੇ ਨੇ ਇੱਥੇ ਐਡਮਿੰਟਨ ਦੇ ਵਿੱਚ, ਸੋ ਉਹ ਕਾਫੀ ਜਿਹੜਾ ਤਰ੍ਹਾਂ ਦੇ ਹੁੰਦੇ ਨੇ। ਡੁਪਲੈਕਸ ਹੁੰਦੇ ਨੇ, ਜਿਵੇਂ ਕਿ ਫਰੰਟ ਅਟੈਚ ਗਰਾਜ ਹੁੰਦੇ ਆ, ਅਤੇ ਬੈਕ ਆਊਟ ਲੋਟ ਪੌਂਡ ਵਗੈਰਾ ਵਾਲੇ ਹੁੰਦੇ ਆ। ਸੋ ਤੁਹਾਨੂੰ ਮੈਂ ਦਿਖਾਊਂਗਾ ਕਿ ਵੀ ਇਹਨਾਂ ਦੇ ਜਿਹੜੇ ਕੀ ਕੋਨਸੈਪਟ ਹੁੰਦੇ ਨੇ, ਅਤੇ ਪ੍ਰਾਈਸ ਵੀ ਮੈਂ ਦੇਖੇ ਸੀਗੇ ਇੱਥੇ, ਅਤੇ ਉਹ ਵੀ ਤੁਹਾਨੂੰ ਦਿਖਾਊਂਗਾ। ਸੋ ਜਿਵੇਂ ਕਿ ਹੁਣ ਤੁਸੀਂ ਮੇਰੇ ਲੈਫਟ ਸਾਈਡ 'ਤੇ ਦੇਖਦੇ ਪਏ ਹੋ, ਸੋ ਇਹ ਇੱਧਰਲੀ ਸਾਈਡ 'ਤੇ ਆਹ ਸਾਰੇ ਨਵੇਂ ਘਰ ਬਣਦੇ ਪਏ ਆ, ਅਤੇ ਕਈ ਆਲਰੇਡੀ ਇਹਦੇ ਵਿੱਚੋਂ ਇੱਥੇ ਵਿਕ ਵੀ ਚੁੱਕੇ ਨੇ। ਅਤੇ ਇੱਧਰਲੇ ਪਾਸੇ ਤੁਸੀਂ ਦੇਖਦੇ ਹੋ ਇਹ ਹੈਗਾ ਪੌਂਡ। ਸੋ ਜਿਹੜੇ ਇਹ ਘਰ ਹੈਗੇ ਨੇ ਇਹ ਸਾਰੇ ਬੈਕਆਊਟ ਪੌਂਡ ਹੈਗੇ ਨੇ, ਮਤਲਬ ਕਿ ਇਹਦੇ ਪਿਛਲੇ ਪਾਸੇ ਤੁਹਾਨੂੰ ਪੌਂਡ ਦਾ ਵਿਊ ਹੁੰਦਾ ਵਾ। ਅਤੇ ਇਹਨਾਂ ਜਿਹੜੀ ਲੋਟਸ ਹੁੰਦੀਆਂ ਥੋੜ੍ਹੀਆਂ ਜਿਹੀਆਂ ਮਹਿੰਗੀਆਂ ਹੁੰਦੀਆਂ ਨੇ, ਅਤੇ ਬਾਕੀ ਪਰ ਇਹ ਆ ਵੀ ਇੱਥੇ ਵਿਊ ਵਧੀਆ ਹੁੰਦਾ ਵਾ। ਅਤੇ ਜਿਵੇਂ ਤੁਸੀਂ ਆਹ ਦੇਖਦੇ ਪਏ ਹੋ ਇੱਧਰਲੀ ਸਾਈਡ 'ਤੇ, ਅਤੇ ਮਤਲਬ ਕਿ ਜਿਹੜੇ ਆਹ ਘਰ ਹੈਗੇ ਤੁਹਾਨੂੰ ਮੈਂ ਇਹਦੇ ਫਰੰਟ ਤੋਂ ਦਿਖਾ ਕੇ ਲੈ ਕੇ ਆਊਂਗਾ। ਸੋ ਜਿਹੜੇ ਤੁਸੀਂ ਇੱਧਰ ਸਾਰੇ ਦੇਖਦੇ ਪਏ ਹੋ ਆਹ ਸਾਰੇ ਘਰ, ਅਤੇ ਆਪਾਂ ਫਰੰਟ ਤੋਂ ਜਾ ਕੇ ਦੇਖਣ ਜਾਵਾਂਗੇ। ਅਤੇ ਤੁਹਾਨੂੰ ਦਿਖਾਉਂਦਾ ਮੈਂ ਇੱਧਰੋਂ ਦੀ ਜਾ ਕੇ, ਮਤਲਬ ਕਿ ਇੱਧਰੋਂ ਦੀ ਤਾਂ ਮੈਨੂੰ ਲੱਗਦਾ ਰਸਤਾ ਹੈ ਨੀਗਾ, ਪਿੱਛੇ ਜਾਣਾ ਪੈਣਾ, ਇੱਧਰ ਦੀ ਨਹੀਂ ਆਪਾਂ ਸਾਈਕਲ ਨਹੀਂ ਲੈ ਕੇ ਜਾ ਸਕਦੇ ਇੱਧਰ। ਪਰ ਜਿਹੜਾ ਇਹ ਪੌਂਡ ਦਾ ਵਿਊ ਹੈਗਾ, ਇਹ ਜਿਵੇਂ ਉਹ ਤੁਸੀਂ ਸਾਹਮਣੇ ਘਰ ਦੇਖਦੇ ਪਏ ਹੋ, ਉਹਨਾਂ ਨੂੰ ਵੀ ਦੇਖੋ ਪੌਂਡ ਹੈਗਾ ਪਿੱਛੇ, ਅਤੇ ਇੱਧਰੋਂ ਤੁਸੀਂ ਬਾਹਰ ਆ ਸਕਦੇ ਹੋ। ਇਹਨਾਂ ਨੇ ਇੱਥੇ ਲਾਇਆ ਹੁੰਦਾ, ਤੁਹਾਨੂੰ ਦਿਖਾ ਦਿੰਦਾ ਜਾ ਕੇ। ਅਤੇ ਮਤਲਬ ਕਿ ਤੁਸੀਂ ਜੇ ਤੁਸੀਂ ਆਹ ਜਿਵੇਂ ਸਮਝ ਲਓ ਘਰ ਲਿਆ ਵਾ, ਇਹਨਾਂ ਨੇ ਡੋਰ ਲਾਇਆ ਹੁੰਦਾ ਇੱਦਾਂ ਆਹ ਵਾਲਾ, ਸੋ ਇਹਨੂੰ ਕਹਿੰਦੇ ਨੇ ਬੈਕਆਊਟ ਪੌਂਡ। ਅਤੇ ਇੱਥੋਂ ਤੁਸੀਂ ਇਹਨੂੰ ਖੋਲ੍ਹ ਕੇ ਇੱਦਾਂ ਤੁਸੀਂ ਆਪਣੇ ਘਰ ਦੇ ਬੈਕ ਸਾਈਡ ਤੋਂ ਬਾਹਰ ਆ ਸਕਦੇ ਹੋ। ਅਤੇ ਇਹ ਹੁੰਦੀ ਆ ਬੈਕਆਊਟ ਲੋਟ ਪੌਂਡ ਜਿਹੜੀ ਹੁੰਦੀ ਆ ਘਰਾਂ ਦੀ। ਅਤੇ ਇਹਦੀ ਜਿਹੜੀ ਬੇਸਮੈਂਟ ਹੁੰਦੀ ਆ, ਸੋ ਇਹ ਵੀ ਉੱਪਰ ਹੀ ਬਣੀ ਹੁੰਦੀ ਆ, ਮਤਲਬ ਕਿ ਅੰਡਰਗਰਾਊਂਡ ਨਹੀਂ ਹੁੰਦੀ। ਸੋ ਜਿਹਦਾ ਵੀ ਜਿਹੜਾ ਵੀ ਘਰ ਹੁੰਦਾ ਵਾ ਜਿਹਦੇ ਪਿੱਛੇ ਪੌਂਡ ਹੋਊਗਾ, ਜਿਵੇਂ ਆਹ ਪੌਂਡ ਹੈਗਾ ਇੱਧਰਲੀ ਸਾਈਡ 'ਤੇ, ਅਤੇ ਉਹਦਾ ਜਿਹੜਾ ਬੇਸਮੈਂਟ ਹੁੰਦੀ ਆ ਉਹਦੀ, ਸੋ ਉਹਨਾਂ ਨੇ ਗਰਾਊਂਡ ਲੈਵਲ 'ਤੇ ਬਣਾਈ ਹੁੰਦੀ ਆ। ਅਤੇ ਉਹ ਉੱਪਰ ਫਸਟ ਫਲੋਰ ਹੁੰਦਾ ਵਾ, ਅਤੇ ਬਾਕੀ ਉਹ ਸੈਕਿੰਡ ਫਲੋਰ ਉੱਪਰ ਹੁੰਦਾ, ਉੱਥੇ ਸਾਰੇ ਬੈਡਰੂਮ ਹੁੰਦੇ ਨੇ, ਅਤੇ ਮਿਡਲ ਵਾਲੇ ਦੇ ਵਿੱਚ ਸਾਰੇ ਆਪਣੇ ਕਿਚਨ ਵਗੈਰਾ ਹੁੰਦੀ ਆ, ਅਤੇ ਉਸ ਤੋਂ ਥੱਲੇ ਆਹ ਬੇਸਮੈਂਟ ਹੁੰਦੀ ਆ, ਅਤੇ ਗਰਾਊਂਡ ਲੈਵਲ 'ਤੇ ਹੁੰਦੀ ਆ। ਤੁਹਾਨੂੰ ਮੈਂ ਅੱਗਿਓਂ ਦੀ ਦਿਖਾ ਕੇ ਲੈ ਕੇ ਆਉਂਦਾ ਹੁਣ ਵੀ ਅੱਗਿਓਂ ਦੀ ਕਿੱਦਾਂ ਦੀ ਹੁੰਦਾ ਇਹ। ਚਲੋ ਚੱਲੀਏ। ਸੋ ਇੱਧਰੋਂ ਵੀ ਆਪਾਂ ਹੁਣ ਆ ਗਏ ਹਾਂ ਘਰ ਦੇ, ਜਿਹੜੇ ਘਰਾਂ ਦੇ ਫਰੰਟ ਵਾਲੀ ਸਾਈਡ 'ਤੇ ਆ ਗਏ ਹਾਂ। ਸੋ ਇਹ ਸਾਰੇ ਹਜੇ ਜਿਹੜੇ ਘਰ ਨੇ ਸਾਰੇ ਬਣਦੇ ਪਏ ਆ ਇੱਥੇ, ਅਤੇ ਅੱਧੇ ਜਿਵੇਂ ਸੋਲਡ ਵੀ ਹੋ ਗਏ ਨੇ, ਵਿਕ ਚੁੱਕੇ ਨੇ ਆਲਰੇਡੀ, ਜਿਵੇਂ ਕਿ ਤੁਸੀਂ ਮੇਰੇ ਸਾਹਮਣੇ ਆਹ ਵਾਲਾ ਘਰ ਦੇਖ ਲਓ। ਸੋ ਇਹ ਹਜੇ ਲੋਟ ਪਈ ਆ ਆਹ ਵਾਲੀ, ਪਰ ਇਹ ਆਲਰੇਡੀ ਸੋਲਡ ਹੋ ਗਈ ਹੈ। ਸੋ ਇੱਥੇ ਹੁਣ ਘਰ ਬਣੂੰਗਾ। ਸੋ ਇਹਦੇ ਪਿੱਛੇ ਮਤਲਬ ਕਿ ਗ੍ਰੀਨ ਸਪੇਸ ਆ, ਅਤੇ ਬਾਕੀ ਉੱਧਰਲੀ ਸਾਈਡ 'ਤੇ ਤੁਹਾਨੂੰ ਪੌਂਡ ਸੀਗੇ। ਸੋ ਜਿਹੜੇ ਇਹ ਸਾਰੇ ਘਰ ਹੈਗੇ ਨੇ ਆਹ ਦੇਖੋ, ਇਹ ਸਾਰੇ ਆਲਰੇਡੀ ਸੋਲਡ ਹੋ ਗਏ ਨੇ। ਅਤੇ ਆਹ ਦੇਖੋ ਇੱਥੇ ਵੀ ਆਹ ਵਾਲੇ 'ਤੇ ਵੀ
ਸੋਲਡ ਹੀ ਲਿਖਿਆ ਹੋਇਆ, ਦੇਖੋ ਇਹ 'ਤੇ ਵੀ ਲਿਖਿਆ ਹੋਇਆ ਸੋਲਡ। ਸੋ ਇਸ ਘਰ ਨੂੰ ਪਿੱਛੇ ਉਹ ਪੌਂਡ ਲੱਗਦਾ ਵਾ। ਸੋ ਇਹ ਹੈਗੇ ਨੇ ਫਰੰਟ ਅਟੈਚ ਗਰਾਜ, ਸੋ ਜਿਨ੍ਹਾਂ ਦੇ ਮੂਹਰੇ ਗਰਾਜ ਹੁੰਦਾ ਫਰੰਟ ਦੇ ਉੱਤੇ। ਅਤੇ ਬਾਕੀ ਇੱਕ ਹੋਰ ਤਰ੍ਹਾਂ ਦੇ ਇੱਥੇ ਬਣਦੇ ਪਏ ਨੇ ਘਰ, ਤੁਹਾਨੂੰ ਉਹ ਵੀ ਦਿਖਾ ਦਿੰਦਾ ਮੈਂ ਇੱਥੇ। ਸੋ ਆਹ ਵੀ ਜਿਹੜਾ ਹੈਗਾ ਘਰ, ਆਹ ਵੀ ਆਲਰੇਡੀ ਸੋਲਡ ਹੋ ਗਿਆ ਵਾ ਇੱਧਰਲੀ ਸਾਈਡ 'ਤੇ, ਅਤੇ ਤੁਸੀਂ ਐਡਰੈਸ ਦੇਖਣਾ ਵਾ। ਆਹ ਦੇਖੋ ਆਹ ਵਾਲਾ ਵੀ ਸੋਲਡ ਲਿਖਿਆ ਹੋਇਆ। ਅਤੇ ਬਹੁਤ ਫਾਸਟ ਡਿਵੈਲਪਮੈਂਟ ਹੋ ਰਹੀ ਹੈ ਇੱਥੇ ਐਡਮਿੰਟਨ ਦੇ ਵਿੱਚ, ਅਤੇ ਬਹੁਤ ਜਲਦੀ ਜਲਦੀ ਘਰ ਵਿਕ ਰਹੇ ਨੇ। ਅਤੇ ਆਹ ਵੀ ਦੇਖੋ ਸੋਲਡ ਹੈ, ਅਤੇ ਆਹ ਆਪਾਂ ਦਿਖਾ ਰਿਹਾ ਸੀ ਮੈਂ ਤੁਹਾਨੂੰ ਦੀ ਪਿੱਛੋਂ ਦੀ ਦਿਖਾ ਰਿਹਾ ਸੀਗਾ, ਅਤੇ ਆਹ ਦੇਖੋ। ਸੋ ਇਹ ਸੀਗੀ ਬੈਕ ਸਾਈਡ ਘਰ ਦੀ। ਅਤੇ ਇਹ ਹੈਗੇ ਨੇ ਸਾਰੇ ਫਰੰਟ ਅਟੈਚ ਗਰਾਜ, ਅਤੇ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਿਆ ਮੈਂ ਫਰੰਟ 'ਤੇ ਗਰਾਜ ਹੁੰਦਾ ਵਾ, ਅਤੇ ਹੁਣ ਤੁਹਾਨੂੰ ਮੈਂ ਦਿਖਾ ਲੈਣਾ ਜਿਨ੍ਹਾਂ ਦੇ ਬੈਕ ਸਾਈਡ 'ਤੇ ਹੁੰਦਾ ਵਾ ਉਹ ਦਿਖਾਉਣਾ ਆ। ਅਤੇ ਆਹ ਦੇਖੋ ਜੀ, ਆਹ ਲੋਟਸ ਇੱਥੇ ਹਜੇ ਪਈਆਂ ਨੇ ਆਲਰੇਡੀ। ਆਹ ਲਿਖਿਆ ਇਹਨਾਂ ਨੇ ਫੋਰ ਸੇਲ ਲਿਖਿਆ ਹੋਇਆ ਇੱਥੇ, ਅਤੇ ਐਡਰੈਸ ਨਹੀਂ ਇੱਥੇ ਲਿਖਿਆ ਹੋਇਆ, ਪਰ ਮੈਂ ਤੁਹਾਨੂੰ ਐਡਰੈਸ ਦੱਸ ਦਿੰਦਾ। ਆਹ ਦੇਖੋ ਡਿਕਸਨ ਲੈਂਡਿੰਗ, ਇਹ ਡਿਕਸਨ ਲੈਂਡਿੰਗ 'ਤੇ, ਜਾਂ ਇਹਦਾ ਐਡਰੈਸ ਡਿਕਸਨ ਲੈਂਡਿੰਗ ਹੀ ਹੈ, ਦੋਨੇ ਪਾਸੇ ਡਿਕਸਨ ਲੈਂਡਿੰਗ ਲਿਖਿਆ ਹੋਇਆ ਇਹਨਾਂ ਨੇ। ਅਤੇ ਆਹ ਵੀ ਲੋਟ ਇੱਧਰ ਵੀ ਪਈ ਹੈ, ਇਹ ਵੀ ਇਹਦੇ ਪਿੱਛੇ ਵਧੀਆ ਪਾਰਕ ਹੈਗੀ ਹੈ ਇੱਧਰਲੀ ਸਾਈਡ। ਅਤੇ ਚਲੋ ਹਨੇਰਾ ਹੋਣ ਵਾਲਾ ਆ, ਇੱਕ ਹੋਰ ਜਗ੍ਹਾ ਤੁਹਾਨੂੰ ਦਿਖਾ ਲਿਆ ਉਸ ਤੋਂ ਪਹਿਲਾਂ ਕਿ ਬੰਦ ਹੋ ਜਾਵੇ, ਤਾਂ ਮਤਲਬ ਕਿ ਜਾਂ ਹਨੇਰਾ ਹੋ ਜਾਵੇ। ਅਤੇ ਆਹ ਸਾਰੀਆਂ ਲੋਟਾਂ ਇੱਧਰਲੀ ਸਾਈਡ ਵਾਲੀਆਂ ਸਾਰੀਆਂ ਪਈਆਂ ਨੇ, ਮਤਲਬ ਕਿ ਸਾਰੀਆਂ ਅਵੇਲੇਬਲ ਲਿਖੀਆਂ ਹੋਈਆਂ ਇਹਨਾਂ ਨੇ। ਆਹ ਦੇਖੋ, ਸੋ ਇਹਦਾ ਐਡਰੈਸ ਤੁਸੀਂ ਦੇਖ ਲਓ, ਆਹ ਲਿਖਿਆ ਹੋਇਆ ਨਾ 3106 ਡਿਕਸਨ ਲੈਂਡਿੰਗ। ਸੋ ਇਹ ਲੈਂਡਮਾਰਕ ਜਿਹੜਾ ਹੈਗਾ ਆਪਣਾ ਬਿਲਡਰ ਹੈਗਾ ਉਹਦਾ ਹੈਗਾ। ਸੋ ਜਿਹੜੀਆਂ ਇਹ ਲੋਟ ਤਾਂ ਅਵੇਲੇਬਲ ਹੁੰਦੀਆਂ ਨੇ ਕਿਉਂਕਿ ਇਹਨਾਂ ਦੇ ਪਿੱਛੇ ਆਲਰੇਡੀ ਘਰ ਹੈਗਾ। ਸੋ ਘਰ ਦੇ ਪਿੱਛੇ ਘਰ ਲੱਗਦਾ ਆ, ਅਤੇ ਇਹਨਾਂ ਦੇ ਪਿੱਛੇ ਕੋਈ ਵੀ ਪੌਂਡ ਨਹੀਂ ਹੈਗਾ ਜਾਂ ਫਿਰ ਕੋਈ ਵੀ ਗ੍ਰੀਨ ਸਪੇਸ ਨਹੀਂ ਹੈਗੀ, ਤਾਂ ਇਹ ਲੋਟਸ ਸਸਤੀਆਂ ਹੁੰਦੀਆਂ ਨੇ ਜਿਹੜੀਆਂ ਉਹ ਪੌਂਡ ਵਾਲੀਆਂ ਤੋਂ, ਅਤੇ ਤਾਂ ਕਰਕੇ ਅਵੇਲੇਬਲ ਆ। ਸੋ ਇਸ ਰੋਡ ਦੇ ਉੱਤੇ ਕਾਫੀ ਅਵੇਲੇਬਲ ਪਈਆਂ ਨੇ ਇੱਥੇ। ਆਹ ਦੇਖੋ ਮੇਰੇ ਸਾਹਮਣੇ ਆਹ ਵਾਲੀ ਵੀ ਪਈ ਹੈ, ਪਰ ਜਿਹੜੀ ਆਹ ਵਾਲੀ ਲੋਟ ਆ ਇੱਧਰ ਵਾਲੀ, ਇਹਦੇ ਪਿੱਛੇ ਜਿਹੜਾ ਘਰ ਹੈਗੇ ਨੇ, ਮਤਲਬ ਕਿ ਇਹਦੇ ਪਿੱਛੇ ਘਰ ਨਹੀਂ ਹੈਗਾ, ਇਹਦੇ ਪਿੱਛੇ ਰੋਡ ਲੱਗੂਗੀ ਕਿਉਂਕਿ ਪਿੱਛੇ ਆਲਰੇਡੀ ਇਹਨਾਂ ਨੇ ਫੈਂਸ ਕਰਤੀ ਹੋਈ ਹੈ। ਪਰ ਇਹ ਅਵੇਲੇਬਲ ਆ, ਅਤੇ ਇਹਦੇ ਨਾਲ ਦਾ ਸੋਲਡ ਹੋ ਗਿਆ ਆਲਰੇਡੀ, ਅਤੇ ਹੁਣ ਇੱਥੇ ਘਰ ਬਣਨਾ ਸ਼ੁਰੂ ਹੋਊਗਾ। ਕਾਫੀ ਹਜੇ ਜਗ੍ਹਾ ਖਾਲੀ ਪਈ ਹੈ। ਜੇ ਤੁਸੀਂ ਦੇਖਣਾ ਵੀ ਕਿੱਥੇ ਕੁ ਆਪਾਂ ਹੈਗੇ ਹਾਂ, ਸੋ ਇਹ ਸਾਰਾ ਮੈਪ ਦਿੱਤਾ ਹੋਇਆ ਉਹਨਾਂ ਨੇ, ਥੱਲੇ ਸ਼ੋਅ ਹੋਮਸ ਦੇ ਟਾਈਮਿੰਗ ਦਿੱਤੇ ਹੋਏ ਨੇ ਵੀ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲ੍ਹਦਾ, ਅਤੇ ਫਰਾਈਡੇ ਕਲੋਜ਼ ਹੁੰਦੇ ਨੇ। ਅਤੇ ਆਹ ਇੱਧਰਲੀ ਸਾਈਡ 'ਤੇ ਜਿਹੜੇ ਹੈਗੇ ਨੇ ਇਹ ਸਾਰੇ ਸ਼ੋਅ ਹੋਮਸ ਬਣੇ ਹੋਏ ਨੇ, ਵੀ ਜੇ ਤੁਸੀਂ ਆ ਕੇ ਦੇਖਣਾ ਵਾ ਘਰ ਵੀ ਅੰਦਰੋਂ ਕਿੱਦਾਂ ਦਾ ਬਣਾਉਣਾ, ਤੁਸੀਂ ਆਪਣਾ ਕਸਟਮਾਈਜ਼ ਕਰਨਾ, ਇਹਨਾਂ ਨੇ ਮਾਡਲ ਬਣਾ ਕੇ ਤਿਆਰ ਕੀਤੇ ਹੋਏ ਨੇ, ਤੁਸੀਂ ਆ ਕੇ ਚੈੱਕਆਊਟ ਕਰ ਸਕਦੇ ਹੋ, ਅਤੇ ਆ ਕੇ ਆਪਣਾ ਤੁਸੀਂ ਘਰ ਵੀ ਬੁੱਕ ਵਗੈਰਾ ਕਰਾਉਣਾ ਵਾ ਅਤੇ ਕਰਾ ਸਕਦੇ ਹੋ। ਅਤੇ ਇਹਨਾਂ ਨੇ ਨਾ ਇਹ ਮਤਲਬ ਕਿ ਫਾਈਨੈਂਸਿੰਗ ਵੀ ਕਰ ਦਿੰਦੇ ਨੇ ਵੀ ਜੇ ਤੁਸੀਂ ਮੋਰਗੇਜ ਵਗੈਰਾ ਕਰਾਉਣੀ ਹੈ ਇਹਨਾਂ ਤੋਂ, ਅਤੇ ਮੋਰਗੇਜ ਦਾ ਵੀ ਇਹਨਾਂ ਨੇ ਲਿਖਿਆ ਹੋਇਆ ਦੇਖੋ 4.64% 'ਤੇ ਕਰ ਦਿੰਦੇ ਨੇ ਜੇ ਤੁਸੀਂ ਮੋਰਗੇਜ ਕਰਾਉਣੀ ਹੈ ਇਹਨਾਂ ਤੋਂ 5 ਈਅਰ ਟਰਮ ਵਾਸਤੇ। ਅਤੇ ਇਹ ਹੈਗਾ ਜੇਮਨ ਦਾ ਸ਼ੋਹੋਮ ਹੈਗਾ, ਇਹ ਜੇਮਨ ਜਿਹੜੀ ਹੈਗੀ ਆ ਬਿਲਡਰ ਹੈਗਾ ਵਾ, ਅਤੇ ਉਹੀ ਇਹਨਾਂ ਨੇ ਇੱਥੇ ਆ ਜਗ੍ਹਾ 'ਤੇ ਆ ਦੇਖੋ
ਆਹ ਵੀ ਲਿਖਿਆ ਹੋਇਆ ਵੀ ਤੁਸੀਂ ਕਿੰਨੇ ਸਕੁਅਰ ਫਿੱਟ ਦਾ ਘਰ ਹੈਗਾ ਆਹ ਵਾਲਾ। ਸੋ ਇੱਧਰਲਾ ਘਰ 2046 ਸਕੁਅਰ ਫਿੱਟ ਦਾ ਹੈਗਾ ਅਤੇ 24 ਹੁੰਦਾ ਵਾ ਵੀ ਚੌੜਾ ਕਿੰਨਾ ਹੋਊਗਾ ਘਰ। ਅਤੇ ਆਹ ਇਹਦਾ ਮਾਡਲ ਦਾ ਨਾਮ ਹੈਗਾ ਸੇਜ, ਜਿਹੜਾ ਇਹਦੇ ਨਾਲ ਦਾ ਹੈਗਾ ਇਹ ਹੈਗਾ ਵਾ ਅਲੈਸੀ, ਇਹਦਾ ਮਾਡਲ ਦਾ ਨਾਮ ਹੈਗਾ ਜਿਹੜਾ ਇੱਧਰਲਾ ਘਰ ਹੈ, ਅਤੇ ਇਹ ਵੀ 24 ਆ ਅਤੇ ਇਹਦਾ ਸਕੁਅਰ ਫਿੱਟ 1906 ਹੈਗੇ ਨੇ। ਅਤੇ ਉਸ ਤੋਂ ਅੱਗੇ ਜੇ ਤੁਸੀਂ ਅੱਗੇ ਦੇਖਦੇ ਹਾਂ ਅਤੇ ਇਹ ਹੈਗਾ ਵਾ ਪੇਸ ਸੈਟਰ। ਸੋ ਇਹ ਬਿਲਡਰ ਦਾ ਨਾਮ ਤੁਹਾਨੂੰ ਦਿਖਾ ਦਿੰਦਾ ਹਾਂ। ਸੋ ਇਹ ਬਿਲਡਰ ਦਾ ਨਾਮ ਹੈਗਾ ਵਾ ਪੇਸ ਸੈਟਰ ਹੋਮਜ਼, ਵੀ ਲਿਖਿਆ ਹੋਇਆ। ਸੋ ਇਸ ਘਰ ਦੇ ਸਕੁਅਰ ਫਿੱਟ ਹੈਗਾ 1876। ਸੋ ਆਹ ਇਹਦਾ ਮਾਡਲ ਹੈਗਾ ਜਿਹੜਾ ਜਿਹਦੇ ਆਪਾਂ ਸਾਹਮਣੇ ਖੜ੍ਹੇ ਹਾਂ। ਅਤੇ ਜੇ ਆਪਾਂ ਇਸ ਤੋਂ ਅੱਗੇ ਆਉਂਦੇ ਹਾਂ, ਸੋ ਇਹ ਬਿਲਡਰ ਦਾ ਨਾਮ ਹੈਗਾ ਵਾ ਲੈਂਡਮਾਰਕ ਹੋਮਜ਼, ਅਤੇ ਇਹਦਾ ਨਾਮ ਹੈਗਾ ਘਰ ਦਾ ਜਿਹੜਾ ਨਾਮ ਹੈਗਾ ਰੱਖਿਆ ਹੋਇਆ ਰੈੱਡ ਓਕ, ਅਤੇ ਇਹਦੇ ਸਕੁਅਰ ਫਿੱਟ 1875 ਆ। ਅਤੇ ਆਹ ਇਹਦਾ ਮਾਡਲ ਹੈਗਾ। ਅਤੇ ਹੁਣ ਬੰਦ ਨੇ ਅੰਦਰੋਂ, ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਤੁਸੀਂ ਫੋਨ ਨੰਬਰ ਵਗੈਰਾ ਨੋਟ ਕਰਕੇ ਆਪੇ ਪਤਾ ਕਰਕੇ ਪੁੱਛ ਸਕਦੇ ਹੋ, ਗੂਗਲ ਵੀ ਕਰ ਸਕਦੇ ਹੋ, ਇਹਨਾਂ ਦੀ ਵੈਬਸਾਈਟ 'ਤੇ ਵੀ ਚੈੱਕ ਕਰ ਸਕਦੇ ਹੋ। ਚਲੋ ਹੁਣ ਆਪਾਂ ਤੁਹਾਨੂੰ ਦੂਜਾ ਮਾਡਲ ਦਿਖਾ ਕੇ ਲੈ ਕੇ ਆਉਂਦੇ ਹਾਂ, ਚਲੋ ਆ ਜਾਓ। ਸੋ ਇਹ ਸਾਰੇ ਜਿਹੜੇ ਘਰ ਸੀਗੇ, ਇਹ ਸਾਰੇ ਫਰੰਟ ਅਟੈਚ ਗਰਾਜ ਹੈਗੇ ਆ, ਇਹਨਾਂ ਦੇ ਮੂਹਰੇ ਫਰੰਟ ਦੇ ਉੱਤੇ ਗਰਾਜ ਬਣੇ ਹੁੰਦੇ ਨੇ। ਹੁਣ ਆਪਾਂ ਤੁਹਾਨੂੰ ਦਿਖਾਉਣਾ ਚਾਹੀਦਾ ਜਿਨ੍ਹਾਂ ਦੇ ਪਿੱਛੇ ਵੀ ਹੁੰਦੇ ਆ ਗਰਾਜ, ਸੋ ਤੁਹਾਨੂੰ ਉਹ ਦਿਖਾ ਕੇ ਲੈ ਕੇ ਆਉਂਦਾ। ਉਹ ਵੀ ਸਾਰੇ ਨਵੇਂ ਹੀ ਬਣਦੇ ਪਏ ਆ ਇੱਥੇ। ਇਹ ਤਾਂ ਬੰਦ ਹੈ, ਉਹ ਖੁੱਲ੍ਹਾ, ਮੈਨੂੰ ਲੱਗਿਆ ਸੀ ਕਿਤੇ ਬੰਦ ਹੈ, ਖੁੱਲ੍ਹਾ ਇੱਧਰੋਂ ਵੀ। ਸੋ ਇਹ ਸਾਰੇ ਜਿਹੜੇ ਘਰ ਨੇ ਆਹ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਦੇ ਉੱਤੇ, ਸੋ ਇਹ ਸਾਰੇ ਹੈਗੇ ਨੇ ਟਾਊਨ ਹੋਮ, ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ। ਅਤੇ ਆਹ ਦੇਖੋ ਇਹਨਾਂ ਦਾ ਐਡਰੈਸ, ਅਤੇ ਆਹ ਤਾਂ ਸੋਲਡ ਹੋ ਗਿਆ ਆਲਰੇਡੀ, ਵਿਕ ਚੁੱਕਿਆ ਵਾ। ਅਤੇ ਇਹ ਸਾਰੇ ਟਾਊਨ ਹੋਮ ਹੈਗੇ ਆ, ਅਤੇ ਆਹ ਵੀ ਸੋਲਡ ਲਿਖਿਆ ਹੋਇਆ, ਮਤਲਬ ਇਹ ਵੀ ਵਿਕ ਚੁੱਕਿਆ ਆਲਰੇਡੀ, ਅਤੇ ਮੈਨੂੰ ਲੱਗਦਾ ਸਾਰੇ ਆਲਰੇਡੀ ਵਿਕ ਹੀ ਚੁੱਕੇ ਆ ਇਹ। ਅਤੇ ਹੁਣ ਇਹਨਾਂ ਦੇ ਘਰ ਦੇ ਮੂਹਰੇ ਜਿਹੜਾ ਗਰਾਜ ਨਹੀਂ ਹੈਗਾ, ਅਤੇ ਨਾਲੇ ਇਹ ਸਾਰੇ ਘਰ ਜਿਹੜੇ ਨੇ ਨਾ ਇੱਧਰਲੀ ਸਾਈਡ ਵਾਲੇ ਸਾਰੇ ਜੁੜੇ ਹੋਏ ਆ। ਆਹ ਦੇਖੋ ਆਹ ਵੀ ਸੋਲਡ ਲਿਖਿਆ ਹੋਇਆ, ਅਤੇ ਜਿਹੜੀ ਇਹਦੀ ਬਿਲਡਰ ਦਾ ਨਾਮ ਹੈਗਾ ਸਟਰੀਟ ਸਾਈਡ ਐਡਮਿੰਟਨ .com, ਇਹਨਾਂ ਦੀ ਵੈਬਸਾਈਟ 'ਚ ਆ ਕੇ ਚੈੱਕਆਊਟ ਕਰ ਸਕਦੇ ਹੋ। ਅਤੇ ਇਹ ਸਾਰੇ ਘਰ ਜਿਹੜੇ ਜੁੜੇ ਹੋਏ ਬਣੇ, ਇਹਦੇ ਵਿੱਚ ਬਾਲਕਨੀ ਉੱਪਰ ਤੱਕ ਹੈਗੀ ਆ ਸਾਰੀ, ਅਤੇ ਵਧੀਆ ਮਤਲਬ ਕਿ ਹੈਗੇ ਆ ਵੀ, ਪਰ ਇਹ ਸਸਤੇ ਹੁੰਦੇ ਆ। ਅਤੇ ਇਹਨਾਂ ਦੇ ਘਰ ਦੇ ਪਿੱਛੇ ਗਰਾਹ ਜਿਹੜਾ ਇਹਨਾਂ ਦੇ ਘਰ ਦੇ ਪਿੱਛੇ ਹੁੰਦਾ ਕਈਆਂ ਦਾ, ਕਿਉਂਕਿ ਅੱਗੇ ਜਿਹੜਾ ਇਹਨਾਂ ਨੇ ਜਗ੍ਹਾ ਛੱਡੀ ਹੁੰਦੀ ਆ ਇੱਦਾਂ ਪਲਾਂਟ ਵਗੈਰਾ ਲਗਾਉਣ ਵਾਸਤੇ। ਅਤੇ ਨਾਲੇ ਇਹ ਸਸਤੇ ਵੀ ਹੁੰਦੇ ਕਿਉਂਕਿ ਇਹ ਕਾਫੀ ਜ਼ਿਆਦਾ ਸਾਰੇ ਇਕੱਠੇ ਹੀ ਹੁੰਦੇ ਨੇ, ਲੱਗਦਾ 1, 2, 3 ਅਤੇ 4, ਸੋ ਚਾਰ ਘਰ ਇਹ ਇਕੱਠੇ ਨੇ ਇਹ। ਅਤੇ ਇਹਨਾਂ ਦੇ ਪਰ ਵਧੀਆ ਗੱਲ ਇਹ ਹੁੰਦੀ ਹੈ, ਇਹਨਾਂ ਦੇ ਘਰ ਦੇ ਪਿੱਛੇ ਇੱਕ ਰੋਡ ਹੁੰਦੀ ਆ, ਇੱਧਰ ਜਾ ਕੇ ਦਿਖਾਉਣਾ ਤੁਹਾਨੂੰ ਮੈਂ। ਸੋ ਪਿੱਛੋਂ ਜਦੋਂ ਆਪਾਂ ਦੇਖਦੇ ਹਾਂ ਇੱਧਰੋਂ ਦੀ, ਆਹ ਦੇਖੋ ਇਹਨਾਂ ਦੇ ਗਰਾਜ ਸਾਰੇ ਇਹਨਾਂ ਨੇ ਪਿੱਛੇ ਬਣਾਏ ਹੋਏ ਨੇ, ਦੇਖੋ। ਸੋ ਇਹਨਾਂ ਦੀ ਚੀਜ਼ ਵਧੀਆ ਇਹ ਹੈ ਕਿ ਇਹ ਵੀ ਇਹਨਾਂ ਦਾ ਗਰਾਜ ਸਾਰਿਆਂ ਦਾ ਪਿੱਛੇ ਹੁੰਦਾ ਵਾ। ਆਹ ਦੇਖ ਲਓ ਆਹ ਸਿੰਗਲ ਗਰਾਜ ਆ, ਆਹ ਸਿੰਗਲ ਇਹ ਛੋਟੇ ਵਾਲਾ ਵਾ, ਉਹ ਜਿਹੜਾ ਉਹ ਡਬਲ ਗਰਾਜ ਆ ਜਿਹੜਾ ਹੈਗਾ ਉਹ ਪਿੱਛੇ ਉਹ ਵੱਡਾ ਵਾ ਇਹਦੇ ਨਾਲੋਂ। ਅਤੇ ਇਹ ਹੈਗੇ ਨੇ ਸਾਰੇ ਟਾਊਨ ਹੋਮ।
ਅਤੇ ਬਸ ਇਹਦੇ ਵੀ ਵਧੀਆ ਜਗ੍ਹਾ ਇਹ ਆ ਕਿ ਚੀਜ਼ ਇਹ ਹੈ ਕਿ ਇਹਦੇ ਪਿੱਛੇ ਸਾਰੇ ਘਰ ਹੈਗੇ, ਮਤਲਬ ਕਿ ਰੋਡ ਹੁੰਦੀ ਹੈ ਪਿੱਛੇ ਇਹਦੇ, ਅਤੇ ਕਿਸੇ ਦੇ ਤੁਹਾਡਾ ਘਰ ਪਿੱਛੇ ਕਿਸੇ ਦਾ ਵੀ ਘਰ ਨਹੀਂ ਹੁੰਦਾ ਪਿੱਛੇ ਇੱਥੇ, ਅਤੇ ਬਸ ਆਹ ਰੋਡ ਵਿੱਚ ਹੁੰਦੀ ਹੈ, ਫਿਰ ਉਦੋਂ ਬਾਅਦ ਪਿੱਛੇ ਘਰ ਇੱਧਰਲੀ ਸਾਈਡ 'ਤੇ ਹੋਊਗਾ ਅਤੇ ਤੁਹਾਡੇ ਨਾਲ ਜੁੜਿਆ ਨਹੀਂ ਹੋਊਗਾ ਘਰ। ਸੋ ਇਹ ਹੁੰਦੇ ਨੇ ਟਾਊਨ ਹੋਮਸ। ਅਤੇ ਇੱਧਰ ਆਹ ਇੱਕ ਪਹਾੜ ਬਣਾਇਆ ਹੋਇਆ ਇਹਨਾਂ ਨੇ, ਇਹ ਮਿੱਟੀ ਰੱਖੀ ਹੈ ਇਹਨਾਂ ਨੇ ਇੱਥੇ, ਸਾਈਕਲਿੰਗ ਉੱਪਰ ਕਰਕੇ ਥੱਲੇ ਆਉਂਦੇ ਹਾਂ, ਮਜ਼ਾ ਬੜਾ ਆਊਗਾ। ਚੱਲੀਏ, ਚਲੋ ਫਿਰ ਟਰਾਈ ਕਰਕੇ ਦੇਖਦੇ ਹਾਂ। ਓ ਚਲੋ ਵੀ, ਇਹ ਛੋਟਾ ਗੇਅਰ ਪਾ ਕੇ ਚੜਾਉਂਦੇ ਹਾਂ ਉੱਪਰ ਇਹਦੇ। ਇਹ ਮਤਲਬ ਇਹਨਾਂ ਨੇ ਨਾ ਮਿੱਟੀ ਜਿਹੜੀ ਇਹ ਘਰਾਂ ਦੇ ਵਿੱਚੋਂ ਨਿਕਲਦੀ ਹੈ, ਇਹ ਉਹੀ ਮਿੱਟੀ ਲੱਗਦੀ ਹੈ। ਵਾਹ, ਜ਼ੋਰ ਲੱਗ ਗਿਆ, ਜ਼ੋਰ ਕਾਫੀ ਉੱਚਾ ਵੀ ਇਹ, ਥੱਲੇ ਆ ਕੇ ਪਰ ਮਜ਼ਾ ਆਊਗਾ। ਯੈਸ ਯੈਸ ਗੋ ਲੱਤਾਂ ਦੁੱਖ ਗਈਆਂ ਰਾਤ ਨੂੰ। ਇੱਥੋਂ ਦੀ ਤਾਂ ਵਿਊ ਵੀ ਦਿਖਦਾ। ਸੋ ਦੋ ਮਾਡਲ ਤੁਸੀਂ ਦੇਖ ਲਿਆ, ਇੱਕ ਟਾਊਨ ਹੋਮਸ ਦੇਖ ਲਿਆ। ਸੋ ਟਾਊਨ ਹੋਮਸ ਤੁਸੀਂ ਟਰਾਈ ਕਰ ਸਕਦੇ ਹੋ, ਕਿ ਟਾਊਨ ਹੋਮ ਸਸਤੇ ਹੁੰਦੇ ਆ ਇੱਥੇ, ਆਲਮੋਸਟ 4 ਲੱਖ ਤੱਕ ਮਿਲ ਜਾਂਦੇ ਆ। ਅਤੇ ਜੇ ਤੁਸੀਂ ਆਹ ਡਬਲ ਗਰਾਜ ਵਾਲਾ ਲੈਣਾ ਤੁਸੀਂ ਘਰ, ਜਿਹੜਾ ਫਰੰਟ ਅਟੈਚ ਗਰਾਜ ਹੈਗਾ, ਸੋ ਇਹਦਾ ਪ੍ਰਾਈਸ 5.5 ਤੋਂ ਲੈ ਕੇ 6 ਲੱਖ ਤੱਕ ਇੱਥੇ ਮਿਲ ਜਾਂਦਾ ਹੈ। ਮੈਂ ਪਹਿਲਾਂ ਵੀ ਵੀਡੀਓ ਬਣਾਈ, ਉਹਦੇ 'ਤੇ ਤੁਹਾਨੂੰ ਦੱਸਿਆ, ਮੈਂ ਘਰ ਦੇ ਅੰਦਰ ਜਾ ਕੇ ਵੀ ਦਿਖਾਇਆ ਆ। ਅਤੇ ਆਪਾਂ ਇੱਕ ਜਗ੍ਹਾ 'ਤੇ ਇੱਥੇ ਪ੍ਰਾਈਸ ਵੀ ਲਿਖਿਆ ਹੋਇਆ, ਘਰ ਦੇ ਬਾਹਰ ਵੀ ਲਿਖਿਆ ਹੋਇਆ ਉਹਨਾਂ ਨੇ ਪ੍ਰਾਈਸ, ਅਤੇ ਤੁਹਾਨੂੰ ਉਹ ਦਿਖਾਉਣਾ ਵਾ ਵੀ ਉਹ ਜਿਹੜਾ ਘਰ ਹੈਗਾ ਉਹ ਟਾਊਨ ਹੋਮ ਨਹੀਂ ਹੈਗਾ, ਉਹ ਜੁੜਿਆ ਹੋਇਆ ਨਹੀਂ ਹੁੰਦਾ ਉਹ, ਅਤੇ ਉਹ ਹੁੰਦਾ ਵਾ ਮਤਲਬ ਕਿ ਅਲੱਗ ਘਰ ਹੁੰਦਾ, ਪਰ ਉਹਦਾ ਜਿਹੜਾ ਗਰਾਜ ਹੁੰਦਾ ਉਹ ਘਰ ਦੇ ਪਿੱਛੇ ਹੀ ਹੁੰਦਾ ਵਾ। ਅਤੇ ਮਤਲਬ ਕਿ ਉਹਨੂੰ ਕਹਿੰਦੇ ਨੇ ਡਿਟੈਚਡ ਗਰਾਜ ਕਹਿ ਦਿੰਦੇ ਨੇ, ਅਤੇ ਮਤਲਬ ਕਿ ਘਰ ਉਹਦਾ ਗਰਾਜ ਪਿੱਛੇ ਹੋਊਗਾ, ਪਰ ਉਹਦਾ ਪ੍ਰਾਈਸ ਵੀ ਜਿਹੜੇ ਅਟੈਚਡ ਗਰਾਜ ਹੁੰਦੇ ਨੇ ਉਹਨਾਂ ਦਾ ਥੋੜ੍ਹਾ ਘੱਟ ਹੁੰਦਾ ਆ। ਚਲੋ ਆਪਾਂ ਹੁਣ ਉੱਥੇ ਚੱਲਦੇ ਹਾਂ, ਥੱਲੇ ਨਿਕਲ ਕੇ ਘੱਟ ਆਪਾਂ ਥੱਲੇ ਲੈ ਕੇ ਜਾਵਾਂਗੇ। ਦੇਖੋ ਸਾਈਕਲ ਥੱਲੇ ਪਾਤਾ ਲੰਮਾ ਮੈਂ, ਕਿਉਂਕਿ ਸਟੈਂਡ ਨਹੀਂ ਹੈਗਾ, ਚਲੋ ਹਨੇਰਾ ਹੋਣ ਵਾਲਾ ਹੋ ਗਿਆ। ਚਲੋ ਫਿਰ ਥੱਲੇ ਚੱਲੀਏ, ਥੱਲੇ ਜਾਂਦੇ ਹੌਲੀ ਹੌਲੀ ਆਉਣਾ ਵਾ ਥੱਲੇ, ਕਿਉਂਕਿ ਇਹ ਦੂਜਾ ਵਾ, ਟਾਇਰ ਵੀ ਫਿਸਲ ਸਕਦਾ ਇਹ 'ਚ, ਕਿਉਂਕਿ ਇਹ ਰੋਡ ਜਿਹੜੀ ਆ ਉਹ ਪੇਵਡ ਰੋਡ ਨਹੀਂ ਨਾ ਹੈਗੀ, ਤਾਂ ਕਰਕੇ ਇੱਦਾਂ ਹੀ ਜਾਣਾ ਪੈਣਾ ਆਪਾਂ ਨੂੰ। ਚਲੋ ਜੀ, ਚਲੋ ਪਹੁੰਚ ਗਏ। ਚਲੋ ਜੀ, ਕਹਿੰਦੇ ਇਹ ਟਾਊਨ ਹੋਮ ਹੈਗੇ, ਇਹਨਾਂ ਦੇ ਘਰ ਦੇ ਸਾਹਮਣੇ ਬਿਲਕੁਲ ਇੱਥੇ ਨਾ ਪਾਰਕ ਹੈਗੀ ਆ, ਅਤੇ ਜਿਹੜੀ ਇਹਨਾਂ ਦੀ ਰੋਡ ਦੀ ਪਾਰਕਿੰਗ ਲੱਗਦੀ ਆ ਗੱਡੀਆਂ ਦੀ, ਸੋ ਇੱਦਾਂ ਬਾਹਰ ਲੱਗਦੀ ਆ ਪਾਰਕਿੰਗ, ਅਤੇ ਤੁਸੀਂ ਘਰ ਦੇ ਬਾਹਰ ਪਾਰਕਿੰਗ ਲਾਉਣੀ ਹੁੰਦੀ ਆ, ਕਿਉਂਕਿ ਜੇ ਤੁਸੀਂ ਪਿੱਛੇ ਨਹੀਂ ਲਾਉਣੀ ਫਿਰ ਤੁਸੀਂ ਘਰ ਦੇ ਬਾਹਰ ਲਾ ਲਓ। ਅਤੇ ਆਹ ਸਾਹਮਣੇ ਇੱਥੇ ਸਕੂਲ ਹੈਗਾ, ਸੋ ਆਹ ਹੈਗੀ ਆਹ ਇੱਧਰ ਫਸੇ ਆਹ ਸਕੂਲ ਹੈਗਾ, ਅਤੇ ਆਹ ਪਾਰਕ ਹੈਗੀ ਆ, ਅਤੇ ਉਹ ਪਿਛਲੇ ਪਾਸੇ ਤੁਸੀਂ ਦੇਖਿਆ ਸੀ ਇੱਧਰ ਆਪਾਂ ਹੁਣ ਜਿਹੜੇ ਤੁਹਾਨੂੰ ਟਾਊਨ ਹੋਮ ਦਿਖਾ ਕੇ ਲੈ ਕੇ ਆਏ ਹਾਂ। ਸੋ ਮੈਂ ਕਿਹਾ ਤੁਹਾਨੂੰ ਪਾਰਕ ਦੇ ਵਿੱਚ ਦੀ ਜਾ ਕੇ ਦਿਖਾ ਦਿੰਦਾ ਵਾਂ, ਅਤੇ ਆਹ ਇਹਨਾਂ ਨੇ ਵਧੀਆ ਪਾਰਕ ਬਣਾਈ ਹੋਈ ਹੈ ਖੇਡਣ ਵਾਸਤੇ, ਅਤੇ ਤੁਸੀਂ ਫੁੱਟਬਾਲ ਖੇਡਣਾ ਇੱਧਰ, ਸੋਕਰ ਖੇਡਣਾ ਉਹ ਵੀ ਇੱਥੇ ਇੱਧਰਲੀ ਸਾਈਡ ਖੇਡ ਸਕਦੇ ਹੋ। ਅਤੇ ਆਹ ਸਾਰੀ ਇੱਧਰ ਗ੍ਰੀਨ ਸਪੇਸ ਹੈ, ਸਾਰਾ ਜਿਹੜਾ ਫੋਰੈਸਟ ਆ, ਇਹ ਫੋਰੈਸਟ ਵਾਲਾ ਏਰੀਆ ਇਹ ਸਾਰਾ। ਆਹ ਇੱਦਾਂ ਪਲੇ ਗਰਾਊਂਡ ਬਣਾਇਆ ਹੁੰਦਾ ਛੋਟੇ ਬੱਚਿਆਂ ਦੇ ਖੇਡਣ ਵਾਸਤੇ, ਜਗ੍ਹਾ ਬਣਾਈ ਹੁੰਦੀ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ। ਸੋ ਸਕੂਲ ਦੇ ਪਿਛਲੇ ਪਾਸੇ ਆ, ਅਤੇ ਇੱਥੇ ਉਹ ਰਾਈਡ ਵੀ ਹੁੰਦੀ ਹੈ ਤੁਸੀਂ ਬਹਿ ਕੇ, ਇਹਨੂੰ ਕੀ ਕਹਿੰਦੇ ਆ ਉਹ ਪੀਂਘ, ਜਿਹਨੂੰ ਕਹਿੰਦੇ ਆ ਪੀਂਘ, ਪੀਂਘ ਝੁੱਟਣੀ ਆ।
ਸੋ ਆਹ ਸਾਰਾ ਸਕੂਲ ਹੈਗਾ ਇੱਧਰ। ਆਹ ਦੇਖੋ ਬੱਚਿਆਂ ਨੇ ਥੱਲੇ ਸਾਰਾ ਲਿਖ ਲਿਖ ਕੇ, ਆਹ ਦੇਖੋ ਕੀ ਕੀਤਾ ਪਿਆ, ਦੇਖੋ ਚੌਕ ਨਾਲ ਸਾਰਾ ਲਿਖਿਆ ਪਿਆ, ਇੱਥੇ ਚੌਕ ਲਾਏ ਪਏ ਸਾਰੇ ਕਿਤੇ। ਇਹ ਵਾਲੇ ਉਹ ਘਰ ਸੀਗੇ ਜਿਹਨਾਂ ਦੀ ਮੈਂ ਗੱਲ ਕਰਦਾ ਪਿਆ ਸੀਗਾ, ਵੀ ਜਿਹੜੇ ਇਹਨਾਂ ਦੇ ਘਰ ਦੇ ਪਿੱਛੇ ਗਰਾਜ ਹੁੰਦਾ ਵਾ, ਪਰ ਇਹ ਸਾਰੇ ਘਰ ਜਿਹੜੇ ਹੁੰਦੇ ਨੇ ਸਿੰਗਲ ਸਿੰਗਲ ਹੁੰਦੇ ਨੇ, ਸੋ ਮਤਲਬ ਕਿ ਜੁੜੇ ਨਹੀਂ ਹੁੰਦੇ। ਵੀ ਇਹ ਸਾਰੀ ਜਿਹੜੀ ਪ੍ਰੋਪਰਟੀ ਆ ਸਾਈਡਾਂ ਵਾਲੀ ਵੀ ਦੋਨੇ ਪਾਸੇ ਵਾਲੀ ਵੀ ਇਹ ਆਪਣੀ ਹੁੰਦੀ ਆ, ਅਤੇ ਸਿੰਗਲ ਗਰਾਜ ਮਤਲਬ ਕਿ ਇਹ ਸਿੰਗਲ ਘਰ ਹੁੰਦਾ ਬਿਲਕੁਲ ਹੀ, ਪਰ ਇਹਦਾ ਗਰਾਜ ਹੁੰਦਾ ਉਹ ਹੁੰਦਾ ਪਿਛਲੇ ਪਾਸੇ। ਅਤੇ ਆਹ ਸਾਰੇ ਤੁਸੀਂ ਸਾਹਮਣੇ ਦੇਖਦੇ ਪਏ ਹੋ ਮੇਰੇ, ਸੋ ਇਹ ਹੈਗਾ ਫੋਰ ਸੇਲ, ਤੁਸੀਂ ਦੇਖਦੇ ਪਏ ਹੋ ਇਹਦਾ ਪ੍ਰਾਈਸ ਹੈਗਾ ਵਾ 727,900 ਅਤੇ ਸਕੇਅਰ ਫੀਟ 1564 ਹੈਗੇ ਆ, 3 ਬੈਡਰੂਮ ਹੈਗੇ ਆ। ਅਤੇ ਇਹ ਜਿਹੜਾ ਘਰ ਹੈਗਾ ਵਾ ਮਹਿੰਗਾ ਤਾਂ ਵਾ ਕਿਉਂਕਿ ਜਿਹੜਾ ਇਹ ਘਰ ਹੈਗਾ ਵਾ ਇਹ ਸ਼ੋਅਰੂਮ ਹੈ, ਅਤੇ ਇਹਦੇ ਵਿੱਚ ਸਾਰੀਆਂ ਅਪਗ੍ਰੇਡਸ ਵਗੈਰਾ ਸਾਰੀਆਂ ਪਾਈਆਂ ਹੋਈਆਂ ਨੇ, ਅਤੇ ਜੇ ਤੁਸੀਂ ਕੋਈ ਚੀਜ਼ਾਂ ਨਹੀਂ ਪਾਉਣੀਆਂ ਹੈਗੀਆਂ ਤਾਂ ਤੁਸੀਂ ਕਢਵਾ ਸਕਦੇ ਹੋ, ਪਰ ਇਹ ਜਿੱਦਾਂ ਦਾ ਬਣਿਆ ਹੋਇਆ ਇੱਦਾਂ ਹੀ ਹੈ। ਅਤੇ ਇਹਦੇ ਘਰ ਦੇ ਪਿੱਛੇ ਮਤਲਬ ਕਿ ਗਰਾਜ ਹੈਗਾ ਵਾ, ਇਹਦੇ ਨਾਲ ਦਾ ਘਰ ਜਿਹੜਾ ਹੈਗਾ ਉਹ ਵੀ ਸ਼ੋਅਰੂਮ ਹੈਗਾ ਵਾ, ਪਰ ਉਹ ਇਹ ਤੋਂ ਸਸਤਾ ਵਾ। ਸੋ ਇਹਦਾ ਜਿਹੜਾ ਪ੍ਰਾਈਸ ਹੈਗਾ ਤੁਸੀਂ ਦੇਖੋ ਇਹਦੇ ਨਾਲ ਦਾ ਘਰ, ਸੋ ਇਹ ਵੀ 1711 ਵਾ, ਅਤੇ ਜਿਹੜਾ ਉੱਧਰਲਾ 1500 ਸੀਗਾ, ਸੋ ਇਹ ਉਹਦੇ ਨਾਲੋਂ ਵੱਡਾ ਵਾ, ਅਤੇ ਪਰ ਇਹ ਉਹਦੇ ਨਾਲੋਂ ਹੈਗਾ ਸਸਤਾ। ਅਤੇ ਇਹਦਾ ਸਸਤਾ ਤਾਂ ਵਾ ਕਿਉਂਕਿ ਇਹਦੇ ਵਿੱਚ ਅਪਗ੍ਰੇਡਸ ਘੱਟ ਹੋਣਗੀਆਂ, ਅਤੇ ਬਸ ਇਹੀ ਡਿਫਰੈਂਸ ਆ। ਅਤੇ ਇਹਦੇ ਘਰ ਦੇ ਪਿੱਛੇ ਗਰਾਜ ਹੈਗਾ, ਅਤੇ ਇਹਦੇ ਪਿੱਛੇ ਘਰ ਇਹਦੇ ਘਰ ਦੇ ਪਿੱਛੇ ਇੱਕ ਰੋਡ ਵੀ ਲੱਗਦੀ ਆ, ਤੁਹਾਨੂੰ ਦਿਖਾ ਦਿੰਦਾ ਉਹ ਵੀ ਮੈਂ, ਚਲੋ ਪਿੱਛੋਂ ਦਿਖਾ ਦਿੰਦਾ ਮੈਨੂੰ ਜੀ ਬੈਕ ਸਾਈਡ। ਸੋ ਇਹ ਹੈਗੀ ਆ ਬੈਕ ਸਾਈਡ ਜਿਹੜੇ ਇਸ ਘਰ ਦੀ, ਆਹ ਦੇਖੋ ਤੁਸੀਂ ਇਹਦੇ ਵੀ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ ਇਹਨਾਂ ਘਰਾਂ ਦੇ ਗਰਾਜ ਹੁੰਦੇ ਨੇ ਪਿੱਛੇ। ਸੋ ਇਹ ਹੈਗਾ ਇਹਦਾ ਗਰਾਜ ਜਿਹੜਾ 7 ਲੱਖ ਵਾਲਾ ਘਰ ਸੀਗਾ, ਅਤੇ ਆਹ 5.5 ਲੱਖ ਵਾਲਾ ਇਹਦਾ ਗਰਾਜ ਬਣਿਆ ਨਹੀਂ ਹੈਗਾ ਮੈਨੂੰ ਲੱਗਦਾ, ਤਾਂ ਹੀ ਇਹ ਥੋੜ੍ਹਾ ਸਸਤਾ ਹੈਗਾ ਵਾ ਕਿਉਂਕਿ ਇੱਧਰਲਾ ਬਣਿਆ ਹੋਇਆ ਜਿਹੜਾ ਆਹ ਵਾਲਾ ਹੈਗਾ ਇਹਦਾ ਬਣਿਆ ਹੋਇਆ ਅਤੇ ਆਹ ਵਾਲੇ ਦਾ ਨਹੀਂ ਬਣਿਆ ਹੋਇਆ। ਅਤੇ ਇਹਦੇ ਵਿੱਚ ਬਸ ਇਹ ਆ ਵੀ ਇੱਥੇ ਰੋਡ ਹੁੰਦੀ ਆ ਵਿੱਚ, ਘਰ ਬੈਕ ਟੂ ਬੈਕ ਨਾਲ ਨਹੀਂ ਲੱਗਦੇ ਹੁੰਦੇ, ਅਤੇ ਆਹ ਦੂਜਾ ਘਰ ਜਿਹੜਾ ਉਹ ਇੱਦਾਂ ਹੁੰਦਾ ਵਾ ਇੱਧਰਲੀ ਸਾਈਡ 'ਤੇ। ਸੋ ਇਹ ਸਾਰੇ ਤੁਹਾਨੂੰ ਮੈਂ ਦਿਖਾ ਕੇ ਲੈ ਕੇ ਆਇਆ। ਸੋ 3 ਤਰ੍ਹਾਂ ਦੇ ਤੁਹਾਨੂੰ ਮੈਂ ਘਰ ਦਿਖਾਤਾ, ਇੱਕ ਫਰੰਟ ਅਟੈਚਡ ਗਰਾਜ ਹੁੰਦੇ ਨੇ ਅਤੇ ਜਿਨ੍ਹਾਂ ਦੇ ਪਿੱਛੇ ਬੈਕ ਆਊਟ ਲੋਟ ਹੁੰਦੀ ਆ। ਸੋ ਇੱਕ ਘਰ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਬੈਕ ਟੂ ਬੈਕ ਘਰ ਲੱਗਦੇ ਨੇ, ਉਹ ਤੁਸੀਂ ਦੇਖ ਆਏ ਹੋ ਵੀ ਜਿੱਥੇ ਮੈਂ ਲੋਟਸ ਦਿਖਾਈਆਂ ਸੀਗੀਆਂ। ਅਤੇ ਤੀਜਾ ਘਰ ਤੁਹਾਨੂੰ ਮੈਂ ਦਿਖਾਇਆ ਵੀ ਜਿਹੜੇ ਟਾਊਨ ਹੋਮਸ ਹੁੰਦੇ ਨੇ ਉਹ ਸਸਤੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਘਰ ਦੇ ਪਿੱਛੇ ਗਰਾਜ ਹੁੰਦਾ ਆ। ਸੋ ਅਤੇ ਆ ਜਿਹੜੇ ਚੌਥਾ ਦਾ ਲਾਸਟ ਵਾਲਾ ਦਿਖਾਇਆ ਤੁਹਾਨੂੰ ਇਹ, ਸੋ ਇਹ ਘਰ ਦੇ ਪਿੱਛੇ ਹੁੰਦਾ ਗਰਾਜ ਅਤੇ ਪਰ ਇਹ ਘਰ ਸੈਪਰੇਟ ਸੈਪਰੇਟ ਹੁੰਦੇ ਨੇ। ਸੋ ਇਹ ਸਾਰੇ ਤਰ੍ਹਾਂ ਦੇ ਇੱਥੇ ਘਰ ਹੁੰਦੇ ਨੇ, ਅਤੇ ਇਹਨਾਂ ਦਾ ਪ੍ਰਾਈਸ ਜਿਹੜਾ ਵਾ ਸਭ ਤੋਂ ਜ਼ਿਆਦਾ ਪ੍ਰਾਈਸ ਹੁੰਦਾ ਵਾ ਉਹ ਪ੍ਰਾਈਸ ਹੁੰਦਾ ਵਾ ਜਿਹੜੇ ਅਟੈਚਡ ਗਰਾਜ ਹੁੰਦੇ ਨੇ। ਸੋ ਤੁਸੀਂ ਦੇਖ ਸਕਦੇ ਹੋ, ਅਤੇ ਮੈਂ ਤੁਹਾਡੇ ਵਾਸਤੇ ਇਹੀ ਇਨਫੋਰਮੇਸ਼ਨ ਤੁਹਾਨੂੰ ਦਿਖਾਉਣੀ ਸੀਗੀ ਅਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ, ਇਨਫੋਰਮੇਟਿਵ ਲੱਗਿਆ, ਤੁਸੀਂ ਚੈਨਲ ਨੂੰ ਸਪੋਰਟ ਕਰਨ ਵਾਸਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਸਕਦੇ ਹੋ। ਚਲੋ ਫਿਰ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਬਾਏ ਬਾਏ।